ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਮੈਂ ਕੱਲ੍ਹ ਹੀ ਜੁਆਇਨ ਕੀਤਾ ਅਤੇ ਤੁਸੀਂ ਅੱਜ ਇਹ ਜੋ ਪ੍ਰੋਗਰਾਮ ਅੱਜ ਆਪਣਾ ਉਲੀਕਿਆ ਔਰ ਜੋ ਪਿਆਰ ਦਿਖਾਇਆ ਜੋ ਭਰੋਸਾ ਦਿਖਾਇਆ ਮੈਂ ਉਸ ਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਨੂੰ ਇਸ ਹੁਣ ਇਹ ਕਹਿਣ 'ਚ ਵੀ ਕਰਮਜੀਤ ਜੀ ਝਿਜਕ ਨਹੀਂ ਆ ਇਹ ਕਿ ਜਿਹੜਾ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਫਿਰ ਰਾਜਾ ਜੀ ਨੇ ਮੈਨੂੰ ਵਿਧਾਨ ਸਭਾ 'ਚ ਮਿਲੇ ਰਾਜਾ ਜੀ ਨੇ ਕਿਹਾ ਵੀ ਆ ਜਾਓ ਸਾਡੇ 'ਚ ਹੁਣ ਬਹੁਤ ਹੋ ਗਿਆ ਸੋ ਮੈਂ ਆਪਣੇ ਸਾਥੀਆਂ ਦਾ ਮੈਨੂੰ ਜੋ ਸ਼ੁਰੂਆਤ ਜੋ ਇਨੀਸ਼ੀਏਟ ਕੀਤਾ ਉਸ ਦੇ ਲਈ ਮੈਂ ਆਪਣੇ ਸਾਥੀਆਂ ਦਾ ਧੰਨਵਾਦ ਜਿੱਥੇ ਕਰਦਾ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਟੇਟ ਪ੍ਰਧਾਨ ਵੀ ਉਹੀ ਨੇ ਸੋ ਮੈਂ ਸਮਝਦਾ ਕਿ ਅੱਜ ਆਪਾਂ ਜਿੱਥੇ ਅੱਜ ਬੈਠੇ ਹਾਂ ਜਿਨ੍ਹਾਂ ਸਾਥੀਆਂ 'ਚ ਬੈਠੇ ਹਾਂ ਇਹ ਸਾਥੀ ਕੋਈ ਮਾਮੂਲੀ ਸਾਥੀ ਨਹੀਂ ਆ ਇਹਨਾਂ ਨੇ ਮੈਂ ਸਮਝਦਾ ਕਿ ਬੜੀ ਕ੍ਰਾਂਤੀਕਾਰੀ ਸੋਚ ਰਹੀ ਇਹਨਾਂ ਸਾਥੀਆਂ ਦੀ ਔਰ ਜਦੋਂ ਐਡੇ ਵੱਡੇ ਜਦੋਂ ਸੁਨਾਮੀ ਆਈ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸੁਨਾਮੀ ਇਹ ਕ੍ਰੀਏਟ ਹੋਈ ਹੈ ਇਹ ਸੁਨਾਮੀ ਕ੍ਰੀਏਟ ਕਰਨ ਦੇ ਵਿੱਚ ਸਾਡੇ ਇਹਨਾਂ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਨੂੰ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਜੋ ਪੋਲਿਸੀਜ਼ ਨੇ ਜੋ ਉਹਨਾਂ ਦੀਆਂ ਉਸਾਰੂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਜੋ ਆਮ ਆਦਮੀ ਪਾਰਟੀ ਦਾ ਜੋ ਪੱਲਾ ਫੜਿਆ ਉਸਨੂੰ ਜੁਆਇਨ ਕੀਤਾ ਅਤੇ ਮੈਂ ਸਮਝਦਾ ਕਿ ਕਿਉਂਕਿ ਮੇਰੀ ਸੋਚ ਵੀ ਅਜਿਹੀ ਸੋਚ ਹੈ ਕਿ ਇੱਕੋ ਮਿਸ਼ਨ ਦੇ ਨਾਲ ਆਇਆ ਡਾਕਟਰ ਸਾਹਿਬ ਵੀ ਅਸੀਂ ਪ੍ਰੋਫੈਸ਼ਨਲ ਹਾਂ ਡਾਕਟਰ ਸਾਡੀ ਪ੍ਰੈਕਟਿਸ ਵੀ ਅੱਛੀ ਹੈ ਪਰ ਸਾਡਾ ਮਿਸ਼ਨ ਕਿਤੇ ਨਾ ਕਿਤੇ ਇੱਕੋ ਹੀ ਹੈ ਵੀ ਸਾਡਾ ਸਾਰਿਆਂ ਦਾ ਮਿਸ਼ਨ ਇੱਕੋ ਹੀ ਆ ਵੀ ਅਸੀਂ ਜਿੰਨੀ ਜਨਤਾ ਦੀ ਸੇਵਾ ਕਰ ਸਕੀਏ ਜਿੰਨੀ ਡਿਵੈਲਪਮੈਂਟ ਕਰ ਸਕੀਏ ਜਿੰਨਾ ਵਿਕਾਸ ਕਰ ਸਕੀਏ ਜਿੰਨਾ ਅਸੀਂ ਸਕੂਲ ਦੇ ਲਈ ਐਜੂਕੇਸ਼ਨ ਦੇ ਲਈ ਸਿਹਤ ਸੇਵਾਵਾਂ ਦੇ ਲਈ ਬਿਹਤਰ ਕਰ ਸਕੀਏ ਉਹ ਅਸੀਂ ਕਰਨਾ ਚਾਹੁੰਦੇ ਹਾਂ ਔਰ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਇਸ ਪਾਰਟੀ ਦੀ ਸੋਚ ਜਿਹੜੀ ਹੈ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਹੈ ਉਹ ਸੋਚ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਬਹੁਤ ਵੱਡੀ ਸੋਚ ਹੈ ਜਿਸ ਦੇ ਸੋਚ ਸਦਕਾ ਔਰ ਇਹ ਸਿਰਫ ਸੋਚ ਹੀ ਨਹੀਂ ਆ ਸੋਚ 'ਤੇ ਸਰਕਾਰ ਪਹਿਰਾ ਵੀ ਦੇ ਰਹੀ ਹੈ ਜਿਸ ਤਰ੍ਹਾਂ ਮੈਂ ਸਕੂਲਾਂ ਦੀ ਗੱਲ ਕੀਤੀ ਹੈ ਪੜ੍ਹੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਦਾ ਮਿਸ਼ਨ ਹੈ ਔਰ ਉਸੇ ਤਰ੍ਹਾਂ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਖਾਸ ਤੌਰ 'ਤੇ ਸਰਕਾਰ ਵੱਲੋਂ ਜਿਹੜਾ ਇੱਕ ਇਤਿਹਾਸਕ ਕ੍ਰਾਂਤੀਕਾਰੀ ਫੈਸਲਾ ਰਵਜੋਤ ਜੀ ਲਿਆ ਗਿਆ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਕਦੇ ਵੀ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਰੈਜ਼ਰਵੇਸ਼ਨ ਨਹੀਂ ਹੈ ਕਿਤੇ ਵੀ ਰਾਖਵਾਂ ਕਰਨ ਨਹੀਂ ਆ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਮੈਂ ਰਾਜਾ ਜੀ ਜਦੋਂ ਮੈਂ ਕੁਐਸਚਨ ਰੇਜ਼ ਕੀਤਾ ਬਤੌਰ ਵਿਰੋਧੀ ਧਿਰ ਅਤੇ ਉਸਨੂੰ ਸਾਡੀ ਸਰਕਾਰ ਨੇ ਬੜੇ ਸਾਰਥਕ ਰੂਪ ਦੇ ਵਿੱਚ ਲਿਆ ਔਰ ਸਿਰਫ ਰੈਜ਼ਰਵੇਸ਼ਨ ਹੀ ਨਹੀਂ ਐਡਵੋਕੇਟ ਏ ਜੀ ਆਫਿਸ ਦੇ ਵਿੱਚ ਲਾਗੂ ਕੀਤੀ ਸਗੋਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰਸ ਵੀ ਜਿਹੜੇ ਆ ਹੁਣ ਤੱਕ ਦੇ ਦਿੱਤੇ ਗਏ ਸੋ ਇਹ ਜਿਹੜਾ ਫੈਸਲਾ ਇਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਹੈ ਔਰ ਦੂਸਰਾ ਅੱਜ ਪੂਰਾ ਦੇਸ਼ ਤੁਸੀਂ ਦੇਖਿਆ ਹੋਣਾ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਤੋਂ ਤ੍ਰਸਤ ਆ ਤੁਸੀਂ ਗ੍ਰਹਿਣੀਆਂ ਨੂੰ ਪੁੱਛ ਲਓ ਅੱਜ ਪਰੇਸ਼ਾਨ ਨੇ ਅੱਜ ਰਸੋਈ ਚਲਾਉਣੀ ਮੁਸ਼ਕਿਲ ਹੋ ਗਈ ਅੱਜ ਜੇ ਬੇਰੁਜ਼ਗਾਰੀ ਦੀ ਗੱਲ ਕਰੋ ਤਾਂ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਬਾਹਰ ਜਾਣ ਲਈ ਮਜਬੂਰ ਨੇ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਜੋ ਰੁਜ਼ਗਾਰ ਸਿਰਜਣ ਦੀ ਜੋ ਸਮਰੱਥਾ ਹੈ ਮੈਂ ਉਸ ਦੇ ਲਈ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਮਹਿਜ਼ 2 ਸਾਲਾਂ ਦੇ ਵਿੱਚ 42,000 ਤੋਂ ਵੀ ਜ਼ਿਆਦਾ ਨੌਕਰੀਆਂ ਦੀ ਸਿਰਜਣਾ ਕੀਤੀ ਹੈ ਅਪੁਆਇੰਟਮੈਂਟ ਲੈਟਰਸ ਦਿੱਤੇ ਆ ਔਰ ਜੇਕਰ ਮਹਿੰਗਾਈ 'ਤੇ ਇੰਨੀ ਬਿਹਤਰ ਮੈਂ ਸਮਝਦਾ ਚੋਟ ਕੀਤੀ ਹੈ ਸਰਕਾਰ ਨੇ ਕਿ
ਮਹਿੰਗਾਈ 'ਤੇ ਇੰਨੀ ਬਿਹਤਰ ਚੋਟ ਕੀਤੀ ਹੈ, ਠੀਕ ਹੈ, ਕਿ ਹਰ ਘਰ ਨੂੰ ਲਗਭਗ 90% ਜਿਹੜੇ ਹਾਊਸ ਹੋਲਡਸ ਨੇ ਉਹਨਾਂ ਨੂੰ, ਜਿਹੜੀ 70 ਲੱਖ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਬਿਜਲੀ ਆ ਉਹ 300 ਯੂਨਿਟ ਤੱਕ ਫਰੀ ਹੈ। ਸੋ ਇਸ ਦੇ ਨਾਲ ਘਰ ਦਾ ਜਿਹੜਾ ਬਜਟ ਹੈ, ਗ੍ਰਹਿਣੀਆਂ ਦਾ ਜਿਹੜਾ ਬਜਟ ਹੈ, ਉਹ ਕਾਫੀ ਠੀਕ ਹੋ ਜਾਂਦਾ। ਸੋ ਮੈਂ ਸਮਝਦਾ ਕਿ ਇਹ ਜਿੰਨੀਆਂ ਵੀ ਅੱਜ ਗੱਲਾਂ ਨੇ ਮੈਂ ਕੱਲ੍ਹ ਵੀ ਕੀਤੀਆਂ, ਸੋ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਅਤੇ ਔਰ ਬਿਨਾਂ ਸ਼ਰਤ ਜੁਆਇਨ ਕੀਤੀ ਹੈ, ਬਿਨਾਂ ਕਿਸੇ ਸ਼ਰਤ ਤੋਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਜੁਆਇਨਿੰਗ ਹੁੰਦੀ ਹੈ ਅਤੇ ਆਪਣਾ ਜਿਹੜਾ ਅਹੁਦਾ ਛੱਡਣਾ ਆਪਣੀ, ਕਿਉਂਕਿ ਵਿਧਾਇਕ ਬਣਨਾ ਹੀ ਬਹੁਤ ਔਖਾ ਹੈ, ਖਾਸ ਤੌਰ 'ਤੇ ਇਸ ਵਾਰੀ ਤਾਂ ਤੁਸੀਂ ਜਮਾਂ ਹੀ ਔਖਾ ਕਰਤਾ ਸੀ। ਇਸ ਵਾਰੀ ਤਾਂ ਸਾਡੇ ਵਿਧਾਇਕ ਹੀ ਕਾਂਗਰਸ ਦੇ 18 ਜਿੱਤੇ, ਪਰ ਉਹਨਾਂ 18 'ਚ ਵੀ ਬਣਨਾ ਬਹੁਤ ਔਖਾ ਸੀ, ਪਰ ਕਿਉਂਕਿ ਮੇਰੀ ਸੋਚ ਜਿਹੜੀ ਹੈ ਉਹ ਬਹੁਤ ਵੱਡੀ ਸੋਚ ਹੈ, ਬੜੀ ਕਲੀਅਰ ਸੋਚ ਹੈ। ਮੈਂ ਜੁਆਇਨ ਕਰਨ ਤੋਂ ਪਹਿਲਾਂ ਆਪਣੀ ਜਿੱਥੇ ਪਾਰਟੀ ਦੀ ਮੈਂਬਰਸ਼ਿਪ ਤੋਂ, ਪੁਰਾਣੀ ਪਾਰਟੀ ਦੀ ਮੈਂਬਰਸ਼ਿਪ ਤੋਂ ਜਿੱਥੇ ਅਸਤੀਫਾ ਦਿੱਤਾ, ਉੱਥੇ ਹੀ ਆਪਣੀ ਜਿਹੜੀ ਵਿਧਾਨ ਸਭਾ ਦੀ ਮੈਂਬਰਸ਼ਿਪ ਹੈ ਉਸ ਤੋਂ ਵੀ ਅਸਤੀਫਾ ਦਿੱਤਾ, ਤਾਂ ਕਿ ਮੈਨੂੰ, ਕਿਉਂਕਿ ਮੇਰੇ ਮੋਰਲ ਵੈਲਿਊਜ਼ ਜਿਹੜੀਆਂ ਨੇ ਉਹ ਬਹੁਤ ਕਲੀਅਰ ਨੇ। ਸੋ ਇਸ ਕਰਕੇ ਸੋਚ ਬੜੀ ਕਲੀਅਰ ਆ, ਸੋਚ ਜਿਹੜੀ ਹੈ ਉਹ ਕੰਮ ਕਰਨ ਦੀ ਸੋਚ ਹੈ, ਜੋ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਹੈ ਉਸ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਹੈ, ਉਸ ਨੂੰ ਜਨ ਜਨ ਦੇ ਵਿੱਚ ਲੈ ਕੇ ਜਾਣ ਦੀ ਸੋਚ ਹੈ। ਔਰ ਅਸੀਂ ਜਿੰਨੇ ਵੀ ਅੱਜ ਸਾਥੀ ਇੱਥੇ ਬੈਠੇ, ਸਾਡੀ ਟੀਮ ਬੜੀ ਬਹੁਤ ਹੀ ਵਧੀਆ ਟੀਮ ਹੈ, ਅਸੀਂ ਸਾਰੇ ਇਕੱਠੇ ਹੋ ਕੇ ਵਧੀਆ ਕੰਮ ਕਰਾਂਗੇ। ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ, ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੀ, ਉਹਨਾਂ ਦੀ ਸੋਚ 'ਤੇ ਪਹਿਰਾ ਦੇਵਾਂਗੇ, ਔਰ ਮਾਨ ਸਰਕਾਰ ਨੂੰ ਦੁਬਾਰਾ ਫਿਰ ਜਿਸ ਤਰ੍ਹਾਂ ਚੱਲ ਰਹੀ ਹੈ ਉਸ ਨੂੰ ਦੁਬਾਰਾ ਸੱਤਾ ਦੇ ਵਿੱਚ ਆਉਣ ਤੋਂ ਮੈਂ ਸਮਝਦਾ ਕਿ ਕੋਈ ਰੋਕ ਨਹੀਂ ਸਕਦਾ। ਬਹੁਤ ਧੰਨਵਾਦ। ਦੇਖੋ, ਕਰਜ਼ੇ ਦੀ ਪੰਡ ਦਾ ਮਕਸਦ ਇਹ ਨਹੀਂ, ਜੀ 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 ਬਿਲਕੁਲ, ਮੈਂ ਤੁਹਾਨੂੰ ਉਹਦਾ ਜਵਾਬ ਦੇਵਾਂਗਾ, ਕਿਉਂਕਿ ਜਦੋਂ ਅਸੀਂ ਵਿਰੋਧੀ ਧਿਰ 'ਚ ਹੁੰਦੇ ਹਾਂ, ਅੱਜ ਜੇ ਜਦੋਂ ਅਸੀਂ ਸੱਤਾ ਸੀ ਅਤੇ ਰੌੜੀ ਸਾਹਿਬ ਵਿਰੋਧੀ ਧਿਰ ਦੇ ਵਿੱਚ ਸੀ, ਅਤੇ ਉਹਨਾਂ ਵੱਲੋਂ ਵੀ ਜਿਹੜਾ ਬਾਖੂਬੀ ਜਿਹੜੇ ਮਸਲੇ ਉਠਾਏ ਜਾਂਦੇ ਸੀ, ਵਿਰੋਧੀ ਧਿਰ ਵੱਲੋਂ ਮਸਲਾ ਉਠਾਉਣਾ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਠਾਉਣਾ, ਮੈਂ ਸਮਝਦਾ ਕਿ ਇਹ ਕੋਈ ਮਾੜੀ ਗੱਲ ਨਹੀਂ ਹੈ। ਜੇ ਨਹੀਂ, ਚਲੋ ਜੇ ਜੁਆਇਨ ਨਹੀਂ ਵੀ ਕੀਤੀ ਰੋੜੀ ਸਾਹਿਬ ਨੇ, ਮੈਂ ਜੁਆਇਨਿੰਗ ਦੀ ਨਹੀਂ ਗੱਲ ਕਰਦਾ, ਮੈਂ ਵਿਰੋਧੀ ਧਿਰ ਦੀ ਗੱਲ ਕੀਤੀ ਹੈ। ਔਰ ਜੇ ਕਰਜ਼ਾ ਹੈ ਤਾਂ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ, ਕਰਜ਼ਾ ਹੈ, ਪਰ ਉਸ ਕਰਜ਼ੇ ਦੇ ਨਾਲ ਕੀ ਬਾਕੀ ਪੰਜਾਬ ਦੇ ਵਿੱਚ ਕੰਮ ਹੋਏ ਨੇ, ਜੇ ਹਾਂ ਕੰਮ ਜੇ ਹੋਏ ਨੇ ਤਾਂ ਉਸ ਕਰਜ਼ੇ ਦੇ ਪ੍ਰਪੋਰਸ਼ਨ ਤੋਂ ਜ਼ਿਆਦਾ ਹੋਏ ਨੇ। ਕਰਜ਼ਾ ਜ਼ਰੂਰ ਚੜਿਆ, 70,000 ਕਰੋੜ ਕਰਜ਼ਾ ਵੀ ਚੜਿਆ, 3,33,000 ਕਰੋੜ ਦਾ ਕਰਜ਼ਾ ਹੈ, ਔਰ ਉਸ ਦੇ ਬਾਵਜੂਦ ਵੀ ਜੋ ਸਰਕਾਰ ਜਿਸ ਤਰ੍ਹਾਂ ਚੱਲ ਰਹੀ ਹੈ, ਕਿ ਉਹ ਖਰਚੇ ਬਹੁਤ ਨੇ, ਜਿਹੜੇ ਕਮਿਟਡ ਐਕਸਪੈਂਡੀਚਰ ਨੇ, ਤਨਖਾਹਾਂ ਨੇ, ਉਹੀ 57% ਤਾਂ ਉਹੀ ਪੈਨਸ਼ਨਾਂ ਨਿਕਲ ਜਾਂਦੀਆਂ, ਪਰ ਉਸ ਦੇ ਬਾਵਜੂਦ ਵੀ ਜੋ 2 ਸਾਲ ਤੋਂ ਜਿਸ ਤਰ੍ਹਾਂ ਦੇਖਦੇ ਆ ਰਹੇ ਹਾਂ, ਉਹ ਮੈਂ ਸਮਝਦਾ ਕਿ ਅੱਛੀ ਗੱਲ ਹੈ। ਔਰ ਕਰਜ਼ੇ ਦੀ ਪੰਡ ਨਾਲ ਪ੍ਰਦਰਸ਼ਨ ਕਰਨਾ, ਜਾਂ ਜੇ ਮੈਂ AG ਆਫਿਸ ਦੇ ਵਿੱਚ ਜੋ ਇਸ਼ੂ ਰੇਜ਼ ਕੀਤਾ ਸੀ ਉਹ ਸਰਕਾਰ ਨੇ ਲਾਗੂ ਕਰਤਾ, ਜੇ ਕਰਜ਼ੇ ਦੀ ਪੰਡ ਦਾ ਇਸ਼ੂ ਆ, ਤਾਂ ਮੈਂ ਜਦੋਂ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਉਸ ਤੋਂ ਬਾਅਦ ਗੱਲ ਕੀਤੀ ਬਜਟ ਪੇਸ਼ ਕਰਨ ਤੋਂ ਬਾਅਦ, ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਦੇਖੋ, ਕਰਜ਼ਾ ਚੜਿਆ ਹੈ ਜ਼ਰੂਰ, ਅਸੀਂ ਮੰਨਦੇ ਹਾਂ, ਪਰ ਅਸੀਂ ਇਸ ਕਰਜ਼ੇ ਨੂੰ ਲਾਉਣ ਦੇ ਲਈ, ਕਰਜ਼ੇ ਨੂੰ ਘੱਟ ਕਰਨ ਦੇ ਲਈ, ਵਿਕਾਸ ਕਰਨ ਦੇ ਲਈ, ਸਾਡੀ ਜਿਹੜੀ ਰੈਵਨਿਊ ਕਲੈਕਸ਼ਨ ਹੈ ਉਹ ਕਈ ਗੁਣਾ ਵਧੀਆ, ਸਾਡੀ ਐਕਸਾਈਜ਼ ਕਲੈਕਸ਼ਨ ਜਿਹੜੀ ਹੈ ਉਹ ਰਿਕਾਰਡ ਤੋੜ ਵਧੀਆ। ਸੋ ਸਾਡਾ ਪ੍ਰਯਾਸ ਆ ਕਿ ਕਰਜ਼ਾ ਘੱਟ ਕੀਤਾ ਜਾਵੇ, ਔਰ ਅਸੀਂ ਆਉਂਦੇ 3 ਸਾਲਾਂ ਦੇ ਵਿੱਚ ਇਹਨੂੰ ਜ਼ਰੂਰ ਕਮਿਟ ਕਰਦੇ ਹਾਂ ਕਿ ਇਹਨੂੰ ਘੱਟ ਤੋਂ ਘੱਟ ਜਿੰਨਾ ਵੀ ਕੀਤਾ ਜਾਵੇ ਉਹ ਸਾਡੇ ਲਈ ਵੀ ਬਿਹਤਰ ਹੈ ਅਤੇ ਪੰਜਾਬ ਦੇ ਫਿਊਚਰ ਲਈ ਵੀ ਬਿਹਤਰ। ਦੇਖੋ, ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਮੈਂ ਪਾਰਟੀ 'ਚ ਆਇਆ, ਆਮ ਆਦਮੀ ਪਾਰਟੀ 'ਚ, ਅਤੇ ਟਿਕਟ ਡਾਕਟਰ ਸਾਹਿਬ ਨੂੰ ਵੀ ਮਿਲ ਸਕਦੀ ਆ, ਇਹਨਾਂ ਨੇ ਵੀ ਅਪਲਾਈ ਕੀਤੀ, ਮੇਰੇ ਹੋਰ ਸਾਥੀਆਂ ਨੇ ਵੀ ਅਪਲਾਈ ਕੀਤੀ ਹੈ, ਟਿਕਟ ਕਿਸੇ ਨੂੰ ਵੀ ਮਿਲ ਸਕਦੀ, ਮੈਂ ਅਨਕੰਡੀਸ਼ਨਲ ਆਇਆ। ਬਾਕੀ ਮਾਨਯੋਗ ਸਾਡੇ ਪ੍ਰਧਾਨ ਨੇ, ਰਹੇ ਨੇ, ਅਤੇ ਸਾਡੇ ਨੌਜਵਾਨ ਸਾਥੀ ਨੇ, ਠੀਕ ਕੰਮ ਕਰ ਰਹੇ ਨੇ, ਪਰ ਉਹਨਾਂ ਵੱਲੋਂ ਇਹ ਕਹਿਣਾ ਕਿ ਜੀ ਅਸੀਂ ਲੋਕ ਸਭਾ ਦੀ ਟਿਕਟ ਹੀ ਨਹੀਂ ਦਿੱਤੀ ਸੀ ਜਾਂ ਨਹੀਂ ਦੇਣੀ ਸੀ, ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ, ਮੈਂ ਤਾਂ ਅਪਲਾਈ ਨਹੀਂ ਕੀਤੀ ਸੀ, ਮੈਂ ਤਾਂ ਜਿੰਨੀ ਵਾਰੀ ਵੀ ਮੈਨੂੰ ਹਾਈ ਕਮਾਂਡ ਨੇ ਪੁੱਛਿਆ ਵੀ ਤੁਸੀਂ ਕੀ ਲੋਕ ਸਭਾ ਦਾ ਚੁਣਾਵ ਲੜਨਾ,
ਅਤੇ ਮੈਂ ਇੱਕੋ ਹੀ ਗੱਲ ਕਹੀ ਕਿ ਮੈਂ ਆਲਰੇਡੀ ਮੈਂ ਵਿਧਾਇਕ ਹਾਂ, ਕਿਸੇ ਹੋਰ ਨੂੰ ਜ਼ਰੂਰ ਮੌਕਾ ਦਿੱਤਾ ਜਾਣਾ ਚਾਹੀਦਾ। ਸੋ ਇਹ ਤਾਂ ਉਹਨਾਂ ਦੀ ਗੱਲ ਬਿਲਕੁਲ ਹੀ ਨਿਰਾਧਾਰ ਹੈ। ਮੈਂ ਕਹਿੰਦਾ ਭਈ ਇਸ ਤੋਂ ਵੱਡੀ ਗੱਪ ਕਿਸੇ ਪ੍ਰਧਾਨ ਦੀ ਹੋ ਨਹੀਂ ਸਕਦੀ। ਸੋ ਪ੍ਰਧਾਨ ਜੀ ਨੂੰ ਆਪਣੀਆਂ ਲਿਮਿਟੇਸ਼ਨਸ ਦੇ ਵਿੱਚ ਬੋਲਣਾ ਚਾਹੀਦਾ। ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਵੀ ਹੈਗੀਆਂ ਜਿੱਥੇ ਪ੍ਰਧਾਨ ਜੀ ਕਹਿੰਦੇ ਡਾਕਟਰ ਸਾਹਿਬ ਲੜ ਲਓ, ਤੁਹਾਨੂੰ ਹੀ ਲੜਨਾ ਪੈਣਾ, ਤੁਹਾਡੇ ਨਾਲ ਅਸੀਂ ਖੜ੍ਹੇ ਹਾਂ, ਸਾਡੇ ਕੋਲ ਸਭ ਕੁਛ ਹੈ। ਪਰ ਇਹ ਵੀ ਪ੍ਰਧਾਨ ਜੀ ਵੱਲੋਂ ਬੜੇ ਉੱਚੇ ਵਧੀਆ ਅਹੁਦੇ 'ਤੇ ਬੈਠ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਦੇਖੋ ਜਿੱਥੇ ਤੱਕ ਵਿਜੀਲੈਂਸ ਦੀ ਸਵਾਲ ਹੈ, ਉਹ ਤਾਂ ਵਿਜੀਲੈਂਸ ਦੀ ਜਾਂਚ ਤਾਂ ਜਿਹੜੇ ਅੰਦਰ ਵਾਲੇ MLA ਉਹਨਾਂ ਦੀ ਵੀ ਖੁੱਲ੍ਹੀ ਉਹ ਕਿਉਂਕਿ ਸਰਕਾਰ ਦੀ ਸੋਚ ਅੱਛੀ ਹੈ। ਜੇਕਰ ਅੰਦਰ ਵਾਲਾ MLA ਜਾਂ ਮੰਤਰੀ ਵੀ ਗਲਤ ਕਰੇਗਾ ਤਾਂ ਉਹਨੂੰ ਝੱਟ ਜਿਹੜਾ ਉਹਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ, ਰੈਜ਼ਿਗਨੇਸ਼ਨ ਲਿਆ ਜਾਂਦਾ। ਸੋ ਮੈਂ ਇਹ ਸਮਝਦਾ ਕਿ ਬਹੁਤ ਵੱਡੀ ਸੋਚ ਹੈ। ਯੈਸ, ਵਿਜੀਲੈਂਸ ਜਾਂਚ ਸ਼ੁਰੂ ਹੋਈ ਸੀ, ਪਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜਦੋਂ ਜਾਂਚ ਕੀਤੀ ਗਈ ਉਸ ਜਾਂਚ ਦੇ ਵਿੱਚ ਜੋ ਤੱਥ ਆਏ, ਉਸ ਤੱਥ ਵਿੱਚ ਇਹ ਹੈ ਕਿ ਕੋਈ ਵੀ ਸਰਕਾਰ ਨੂੰ ਵਿੱਤੀ ਨੁਕਸਾਨ ਨਹੀਂ ਹੋਇਆ। ਜੇ ਸਾਨੂੰ ਗ੍ਰਾਂਟ ਮਿਲੀ ਹੈ ਤਾਂ ਉਸ ਦੇ ਵਿੱਚ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ। ਔਰ ਮੈਨੂੰ ਦੱਸਦੇ ਇਹ ਵੀ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਗੱਲ ਹੈ 5 ਮਹੀਨੇ ਪੁਰਾਣੀ ਹੈ, ਅਤੇ ਵਿਜੀਲੈਂਸ ਜਿਹੜੀ ਜਾਂਚ ਚੱਲਦੀ ਸੀ ਉਹ ਤਾਂ ਰਿਪੋਰਟ ਮੇਰਾ ਖਿਆਲ ਹੁਣ ਤੱਕ ਫਾਈਲ ਵੀ ਹੋ ਚੁੱਕੀ, 5 ਮਹੀਨੇ ਹੋ ਚੁੱਕੇ ਹੈ। ਦੇਖੋ, ਜਿਸ ਪਾਰਟੀ 'ਚ ਕੋਈ ਵੀ ਪੈਦਾ ਹੁੰਦਾ, ਜਿਸ ਪਾਰਟੀ ਜਿਹੜੀ ਪਾਰਟੀ ਕਿਸੇ ਨੂੰ ਵੀ ਜਨਮ ਦਿੰਦੀ ਹੈ ਉਹ ਮਾਂ ਪਾਰਟੀ ਹੁੰਦੀ ਹੈ। ਅਤੇ ਮੈਂ ਕੱਲ੍ਹ ਵੀ ਸਾਰਾ ਦਿਨ ਇੱਕੋ ਹੀ ਗੱਲ ਕਹੀ ਹੈ ਕਿ ਮੈਂ 12 ਸਾਲ ਇਸ ਪਾਰਟੀ ਦੇ ਵਿੱਚ, ਕਾਂਗਰਸ ਪਾਰਟੀ ਦੇ ਵਿੱਚ ਰਿਹਾ। ਮੈਂ ਕਿਸੇ ਨੇਤਾ ਨੂੰ ਕੁਛ ਵੀ ਗਲਤ ਨਹੀਂ ਬੋਲਣਾ ਚਾਹੁੰਦਾ, ਪਰ ਮੈਨੂੰ ਲੱਗਦਾ ਕਿ ਨੇਤਾ ਹੀ ਆਪਣੀ ਜ਼ੁਬਾਨ 'ਤੇ ਸਾਡੇ ਕੰਟਰੋਲ ਹੀ ਨਹੀਂ ਰੱਖ ਰਹੇ। ਬਾਜਵਾ ਸਾਹਿਬ ਵੀ ਕੁਛ ਕਹਿ ਰਹੇ ਸੀ। ਸੋ ਇਸ ਕਰਕੇ ਮੈਂ ਸਮਝਦਾ ਕਿ ਮੈਨੂੰ ਬੋਲਣ 'ਤੇ ਮਜਬੂਰ ਨਾ ਬਹੁਤਾ ਕੀਤਾ ਜਾਵੇ, ਕਿਉਂਕਿ ਮੈਂ ਕੁਛ ਉੱਦਾਂ ਦਾ ਬੋਲਣਾ ਨਹੀਂ ਚਾਹੁੰਦਾ, ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਜਿਸ ਪਾਰਟੀ 'ਚ ਰਹੇ ਮੇਰਾ ਕਦੀ ਵੀ ਉਸ ਤਰ੍ਹਾਂ ਦਾ ਪ੍ਰਯਾਸ ਨਹੀਂ ਰਿਹਾ। ਦੇਖੋ, ਜਦੋਂ ਮੰਨ ਲਓ ਸਾਡੇ ਬੱਚੇ ਅੱਜ ਬਾਹਰ ਜਾ ਰਹੇ, ਫੋਰਨ ਜਾ ਰਹੇ, ਬੱਚਿਆਂ ਨੂੰ ਸਾਡੇ ਨੂੰ ਇੱਥੇ ਵੀ ਕਈਆਂ ਨੂੰ 40,000 ਤੋਂ ਜ਼ਿਆਦਾ ਨੌਕਰੀਆਂ ਇੱਥੇ ਵੀ ਮਿਲੀਆਂ ਆ, ਦੇ ਵੀ ਰਹੀ ਹੈ ਸਰਕਾਰ। ਪਰ ਜਦੋਂ ਬੱਚੇ ਜਾਂਦੇ ਉਹ ਬੈਟਰਮੈਂਟ ਲਈ ਜਾਂਦੇ ਨਾ ਬਾਹਰ, ਅਸੀਂ ਆਪਣੇ ਬੱਚਿਆਂ ਨੂੰ ਬੈਟਰਮੈਂਟ ਲਈ ਭੇਜਦੇ ਹਾਂ। ਸੋ ਮੈਂ ਸਮਝਦਾ ਕਿ ਪਾਰਟੀ ਵਾਈਜ਼ ਜੇਕਰ ਦੇਖੀਏ, ਆਮ ਆਦਮੀ ਪਾਰਟੀ ਦੀ ਜਿਹੜੀਆਂ ਨੀਤੀਆਂ ਹੈ, ਸੋਚ ਹੈ, ਉਹ ਸਾਡੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਪਾਰਟੀਆਂ ਨੇ ਉਸ ਤੋਂ ਕਿਤੇ ਬਿਹਤਰ ਉਸ, ਕਿਉਂਕਿ ਮੇਰਾ ਮਕਸਦ ਕੋਈ ਸਿਆਸਤ ਦੇ ਵਿੱਚ ਆਉਣ ਦਾ ਸਿਰਫ ਵਿਕਾਸ ਕਰਨਾ ਹੈ ਲੋਕਾਂ ਦਾ, ਲੋਕਾਂ ਨੂੰ ਅੱਗੇ ਲੈ ਕੇ ਜਾਣਾ। ਸੋ ਮੈਂ ਬੈਟਰਮੈਂਟ ਲਈ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਮੈਂ ਪਾਰਟੀ ਜੁਆਇਨ ਕੀਤੀ। ਦੇਖੋ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਨੀਤੀਆਂ ਪੁਰਾਣੀਆਂ ਨੇ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਉਸ ਤੋਂ ਬਹੁਤ ਬਿਹਤਰ ਨੇ, ਉਹ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਨੀਤੀਆਂ ਨੇ। ਦੇਖੋ, ਇਹ ਲੀਡਰ ਦੀ ਪਹਿਚਾਣ ਇਹੀ ਹੁੰਦੀ ਹੈ ਕਿ ਜਦੋਂ ਲੀਡਰ ਆਉਂਦਾ ਹੈ, ਜਦੋਂ ਲੀਡਰ ਲੈਂਡ ਕਰਦਾ ਤੇ ਨਾਲ ਇਹ ਕੰਮ ਸ਼ੁਰੂ ਹੋ ਜਾਣ। ਇਹੀ ਤਾਂ ਸਾਡੀ ਤਾਕਤ ਆ। ਪਹਿਲਾਂ ਵੀ ਤੁਸੀਂ ਸੀ? ਨਹੀਂ, ਮੇਰੀ ਪਹਿਲਾਂ ਵੀ ਪੈਸੇ ਆਏ ਆ ਬਹੁਤ, 1200 ਕਰੋੜ ਰੁਪਈਆ ਹਲਕੇ 'ਚ ਲੱਗਾ, ਉਹ ਕਿਸੇ ਕਾਰਨ ਕਰਕੇ ਕੁਛ ਪੈਸੇ ਰਹਿ ਗਏ ਅਤੇ ਉਹ ਪੈਸੇ ਹੁਣ ਮਿਲ ਰਹੇ ਨੇ। ਇਹੀ ਤਾਕਤ ਹੈ, ਕੋਈ ਸੜਕਾਂ ਨੂੰ ਵੀ ਜਿਹੜੀ ਹੈ ਮਨਜ਼ੂਰੀ ਜਿਹੜੀ ਮਿਲੀ ਹੈ। ਦੇਖੋ, ਇਹ ਕੋਈ ਸਰਕਾਰ ਦੀ ਮਰਜ਼ੀ ਹੈ, ਸਰਕਾਰ 24 ਘੰਟੇ ਕੰਮ ਵੀ ਕਰ ਸਕਦੀ ਹੈ। ਹਾਂ, ਅੱਜ ਹੁਣ ਕੋਡ ਆਫ ਕੰਡਕਟ ਜਿਹੜਾ ਉਹ ਇਨਫੋਰਸ ਹੈ, ਉਹ ਲਾਗੂ ਹੈ। ਜੇ ਅੱਜ ਤੋਂ ਬਾਅਦ ਕੋਈ ਸਰਕਾਰ ਰਾਤ ਨੂੰ ਸਰਕਾਰ ਦਾ ਕੰਮ ਕਰਦੀ ਹੈ ਅਤੇ ਮੈਂ ਸਮਝਦਾ ਕਿ ਉਹ ਕੋਡ ਆਫ ਕੰਡਕਟ ਦੀ ਉਲੰਘਣਾ, ਇਹ 'ਤੇ ਤੁਹਾਨੂੰ ਮੈਂ ਸਮਝਦਾ ਟਿੱਪਣੀ ਕਰਨ ਦਾ ਤਾਂ ਕਿਸੇ ਨੂੰ ਕੋਈ ਹੱਕ ਹੀ ਨਹੀਂ ਹੈ। ਦੇਖੋ, ਹਰ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰ ਵੱਡੇ ਹੁੰਦੇ ਆ, ਜਿਹੜੇ ਪਰਿਵਾਰ ਆਪਸ ਦੇ ਵਿੱਚ, ਕਿਸੇ ਵੀ ਕੋਈ ਵੀ ਪਰਿਵਾਰ ਜਿਹੜਾ, ਚਾਹੇ ਸਾਡੇ ਛੋਟੇ ਪਰਿਵਾਰ ਆ, ਜਿਹੜੀਆਂ ਆਪਸ ਦੇ ਵਿੱਚ ਮਨ ਮੁਟਾਵ ਜਿਹੜੇ ਆ, ਉਹ ਹਰ ਪਾਰਟੀ 'ਚ ਨੇ। ਐਂ ਨਹੀਂ ਵੀ ਸਾਡੀਆਂ ਦੋਨੇ ਪਾਰਟੀਆਂ 'ਚ ਜਾਂ ਇਹਦੇ 'ਚ ਆਮ ਆਦਮੀ ਪਾਰਟੀ ਜਾਂ ਜਿਹੜੀ ਪੁਰਾਣੀ ਪਾਰਟੀ ਛੱਡ ਗਏ ਕਾਂਗਰਸ 'ਚ, ਉਹ ਹਰ ਪਾਰਟੀ 'ਚ ਨੇ। ਪਰ ਸਾਡੀ ਜਿਹੜਾ ਪ੍ਰਯਾਸ ਆ ਉਹ ਇਹੀ ਹੋਣੇ ਚਾਹੀਦੇ ਆ ਕਿ ਅਸੀਂ ਮਨ ਮੁਟਾਵ ਦੂਰ ਕਰੀਏ, ਔਰ ਸਾਰਿਆਂ ਦੀ ਸੋਚ ਸਾਡੀ ਇੱਕ ਆ,
ਮੰਤਰੀ ਸਾਹਿਬ ਦੀ ਸੋਚ ਵੀ ਇੱਕ ਹੈ। ਸੋ ਸਾਡੀ ਇਹ ਕੱਲ੍ਹ ਵੀ ਭਗਵੰਤ ਮਾਨ ਜੀ ਨਾਲ ਜਿਹੜੀ ਮੇਰੀ ਗੱਲ ਵੀ ਹੋਈ ਆ, ਸੰਦੀਪ ਪਾਠਕ ਜੀ ਨਾਲ ਵੀ ਗੱਲ ਹੋਈ ਆ, ਉਹਨਾਂ ਨੇ ਵੀ ਇਨਸ਼ੋਰ ਕੀਤਾ ਕਿ ਸਾਡੀ ਪਾਰਟੀ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ, ਸਾਡੀ ਪਾਰਟੀ ਇਕੱਠੀ ਹੋ ਕੇ ਚੱਲੇਗੀ ਔਰ ਜਿੱਤੇਗੀ।